ਸਤਿ ਸ਼੍ਰੀ ਅਕਾਲ ਸੱਜਣੋ, ਲੈ ਸੱਜਣੋ ਪਹਿਲਾਂ ਤਾਂ ਆਪਣੇ ਤੁਸੀਂ ਪਸ਼ੂ ਦੇਖ ਕੇ ਦੱਸੋ ਕਿਸ ਤਰ੍ਹਾਂ ਦੇ ਨੇ ਆਪਣੇ ਪਸ਼ੂ। ਸੱਜਣੋ ਟੋਬੇ 'ਤੇ ਜਾਂਦੇ ਨੇ, ਕਿਲੋ ਡੇਢ ਕਿਲੋਮੀਟਰ ਪੈ ਜਾਂਦਾ। ਉਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ, ਟੋਬੇ ਦੇ ਵਿੱਚ ਦੀ ਨਹਾਉਂਦੀਆਂ ਵੀ ਨੇ, ਸਵੇਰ ਵੇਲੇ ਠੰਡ ਹੁੰਦੀ ਹੈ। ਮਾਰਚ ਮਹੀਨੇ ਦਾ ਕਲਿੱਪ ਹੈ ਇਹ। ਲੈ ਆਪਾਂ ਤੁਹਾਨੂੰ ਫੁੱਲ ਵੀਡੀਓ ਵੀ ਦਿਖਾਵਾਂਗੇ, ਗਰਮੀ 'ਚ ਬਣਾਵਾਂਗੇ ਜੂਨ ਜੁਲਾਈ ਦੇ ਮਹੀਨੇ ਦੇ ਵਿੱਚ। ਲੈ ਤੁਸੀਂ ਹੁਣ ਪਸ਼ੂ ਨਹਾਉਂਦੇ ਦੇਖ ਲਿਓ, ਆਪਾਂ ਤੁਹਾਨੂੰ ਦੱਸਾਂਗੇ ਸਾਰੀਆਂ ਵੀ ਕੀ ਨੁਕਸਾਨ ਨੇ ਕੀ ਫਾਇਦੇ ਨੇ। ਮੈਨੂੰ ਤਾਂ ਨਹੀਂ ਲੱਗਦਾ ਕੋਈ ਨੁਕਸਾਨ ਹੋਊ ਇਹ ਚੀਜ਼ਾਂ ਦਾ। ਬਾਕੀ ਤੁਸੀਂ ਦੇਖ ਕੇ ਕਮੈਂਟ ਕਰਕੇ ਦੱਸਿਓ ਵੀ ਕਿਸ ਤਰ੍ਹਾਂ ਦੇ ਨੇ ਪਸ਼ੂ। ਬਾਕੀ ਸੱਜਣੋ ਮੇਨ ਗੱਲ ਇਹ ਆ ਵੀ ਪਸ਼ੂ ਡਰਦਾ ਹੁੰਦਾ, ਘਰੋਂ ਕੱਢੇ ਨਹੀਂ ਹੁੰਦੇ ਕਈ ਸੱਜਣਾਂ ਦੇ, ਅਤੇ ਆਪਣੇ ਪਸ਼ੂ ਸੱਜਣੋ ਡਰਦੇ ਨਹੀਂ ਹੈਗੇ। ਕੱਟੀਆਂ ਹੁੰਦੀਆਂ ਨੇ ਜਿਹੜੀਆਂ ਛੋਟੀਆਂ, ਪੰਜ ਚਾਰ ਮਹੀਨਿਆਂ ਦੇ ਜਾਣ ਲੱਗ ਜਾਂਦੀਆਂ ਨੇ। ਬਾਕੀ ਮੇਨ ਗੱਲ ਪਸ਼ੂ ਤੰਦਰੁਸਤ ਰਹਿੰਦਾ। ਕਮੈਂਟ ਕਰਕੇ ਦੱਸਿਓ ਵੀਡੀਓ ਕਿਸ ਤਰ੍ਹਾਂ ਦੀ ਲੱਗੀ। ਲੈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ।